ਇੱਕ ਵਿਆਹਤਾ ਔਰਤ ਨੇ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਨੂੰ ਸੱਸ ਦਾ ਝਗੜਾ ਬੱਚੇ ਨੂੰ ਲੈ ਕੇ ਹੋਇਆ, ਜਿਸ ਦੇ ਬਾਅਦ ਨੂੰ ਨੇ ਇਹ ਖੌਫਨਾਕ ਕਦਮ ਚੁੱਕਿਆ। ਝੁਲਸੀ ਹੋਈ ਵਿਆਹਤਾ ਦਾ ਪਤੀ ਦੁਬਈ ਕੰਮ ਕਰਦਾ ਹੈ। ਉੱਥੇ ਸੱਸ ਅਤੇ ਸਹੁਰੇ ਨੇ ਆਪਣੀ ਝੁਲਸੀ ਹੋਈ ਨੂੰਹ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਕਿਹਾ ਕਿ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਲ ਸਿਰਫ ਬੱਚੇ ਦੀ ਸੀ, ਉਹਨਾਂ ਦੀ ਨੂੰਹ ਬੱਚੇ ਨੂੰ ਕੁੱਟ ਰਹੀ ਸੀ ਤੇ ਉਹਨਾਂ ਨੇ ਆਪਣੀ ਨੂੰਹ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸਨੇ ਗੁੱਸੇ ਚ ਆ ਕੇ ਇਹ ਖੌਫਨਾਕ ਕਦਮ ਚੁੱਕਿਆ, ਜਿਸ ਤੋਂ ਬਾਅਦ ਸੱਸ ਅਤੇ ਸਹੁਰੇ ਨੇ ਲੋਕਾਂ ਦੀ ਮਦਦ ਦੇ ਨਾਲ ਅੱਗ ਨੂੰ ਬੁਝਾਇਆ ਤੇ ਉਸਨੂੰ ਹਸਪਤਾਲ ਲੈ ਕੇ ਆਏ। ਸੱਸ ਦਾ ਕਹਿਣਾ ਹੈ ਕਿ ਭਾਵੇਂ ਉਹਨਾਂ ਨੂੰ ਫਾਂਸੀ ਚੜਾ ਦਿਓ ਪਰ ਉਹਨਾਂ ਤੇ ਲੱਗੇ ਇਹ ਇਲਜ਼ਾਮ ਬਿਲਕੁਲ ਗਲਤ ਨੇ। ਮਾਮਲਾ ਬੋਹਰ ਤੋਂ ਸਾਹਮਣੇ ਆਇਆ, ਫਿਲਹਾਲ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਬਿਆਨ ਉਹਦੇ ਲੈ ਲਿਆ ਸੀ ਅਤੇ ਵੈਸੇ ਬਕੂਆ ਜਿਹੜਾ ਰੇਲਵੇ ਕੁਆਟਰਾਂ ਦਾ, ਰੇਲਵੇ ਕੁਆਟਰ ਜਿਹੜੇ ਜ਼ਿਲ੍ਹਾ ਪੁਲਿਸ 'ਚ ਆਉਂਦੀ ਆ ਅਤੇ ਅਸੀਂ ਇਹਦੀ ਅਗਲੀ ਕਾਰਵਾਈ ਕਰਨ ਲਈ ਥਾਣਾ ਖੁੱਲ੍ਹੀਆਂ ਕਰਵਾ ਭੇਜਾਂਗੇ। ਲੇਡੀ ਦਾ ਨਾਂ ਹੈ ਮਮਤਾ, ਵਾਈਫ ਆਫ ਮਨੀਸ਼, ਰੇਲਵੇ ਕੁਆਟਰ, ਰੇਲਵੇ ਕਲੋਨੀ, ਰੇਲਵੇ ਸਟੇਸ਼ਨ ਕਿਲਿਆਣੀ, ਇਹ ਕੁਆਟਰ 'ਚ ਰਹਿੰਦੀ ਸਰਕਾਰ 'ਚ। ਇਹਦਾ ਸਹੁਰਾ ਜਿਹੜਾ ਰੇਲਵੇ 'ਚ ਨੌਕਰੀ ਕਰਦਾ ਅਤੇ ਘਰ ਵਾਲਾ ਇਹਦਾ ਦੁਬਈ ਹੈ। ਇਹ ਘਰ ਸੱਸ ਪਹਿਲਾਂ ਕਦੀ ਮੈਨੂੰ ਸਹੁਰੇ ਨੇ ਕੁੱਟਿਆ, ਸਵੇਰੇ ਇਹਦੇ ਜਵਾਬ ਕਿਤੇ ਸ਼ਰਾਰਤ ਕਰਦੇ ਸੀ, ਉਹਨਾਂ ਨੇ ਕਦੀ ਮਹਿਸੂਸ ਬਣਾਇਆ ਸੀ ਉਹ ਤੋੜਤਾ, ਫਿਰ ਉਹਨਾਂ ਨੇ ਮਤਲਬ ਤੋੜਤਾ ਅਤੇ ਇਹਨੇ ਕੋਈ ਜਵਾਬ ਦਿੱਤਾ ਮਾਰਤਾ ਅਤੇ ਕਹਿੰਦੇ ਮੇਰੇ ਸਹੁਰੇ ਉਹ ਕੁੱਟ ਕੇ ਅਤੇ ਆਪਣੀ ਡਿਊਟੀ ਗਿਆ। ਬਾਅਦ 'ਚ ਮੇਰੀ ਸੱਸ ਨੇ ਕਮਰੇ 'ਚ ਬੰਦ ਕਰਕੇ ਮੇਰੇ 'ਚ ਮਿੱਟੀ ਦਾ ਤੇਲ ਪਾ ਕੇ ਮੈਨੂੰ ਆਪਣੇ ਰਾਤ ਦਿੱਤੇ ਆਪ ਬਾਹਰ ਨਿਕਲ ਗਿਆ ਅਤੇ ਕੋਈ ਕਾਫੀ ਲੜੀ ਹੋਈ ਹੈ। ਵੈਸੇ ਡਾਕਟਰ ਸਾਹਿਬ ਤਾਂ ਕਹਿੰਦੇ ਸੀ ਵੀ ਲੜਕੀ 'ਚ ਹੁਣ ਇਹਨੂੰ ਜਿਹੜਾ ਡਾਕਟਰ ਘੱਟਦਾ ਠੀਕ ਉਹਨੂੰ ਬਠਿੰਡੇ ਲੈ। ਇੱਕ ਵਿਆਹਤਾ ਔਰਤ ਨੇ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਨੂੰ ਸੱਸ ਦਾ ਝਗੜਾ ਬੱਚੇ ਨੂੰ ਲੈ ਕੇ ਹੋਇਆ, ਜਿਸ ਦੇ ਬਾਅਦ ਨੂੰ ਨੇ ਇਹ ਖੌਫਨਾਕ ਕਦਮ ਚੁੱਕਿਆ। ਝੁਲਸੀ ਹੋਈ ਵਿਆਹਤਾ ਦਾ ਪਤੀ ਦੁਬਈ ਕੰਮ ਕਰਦਾ ਹੈ। ਉੱਥੇ ਸੱਸ ਅਤੇ ਸਹੁਰੇ ਨੇ ਆਪਣੀ ਝੁਲਸੀ ਹੋਈ ਨੂੰਹ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਕਿਹਾ ਕਿ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਲ ਸਿਰਫ ਬੱਚੇ ਦੀ ਸੀ, ਉਹਨਾਂ ਦੀ ਨੂੰਹ ਬੱਚੇ ਨੂੰ ਕੁੱਟ ਰਹੀ ਸੀ ਤੇ ਉਹਨਾਂ ਨੇ ਆਪਣੀ ਨੂੰਹ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸਨੇ ਗੁੱਸੇ 'ਚ ਆ ਕੇ ਇਹ ਖੌਫਨਾਕ ਕਦਮ ਚੁੱਕਿਆ, ਜਿਸ ਤੋਂ ਬਾਅਦ ਸੱਸ ਅਤੇ ਸਹੁਰੇ ਨੇ ਲੋਕਾਂ ਦੀ ਮਦਦ ਦੇ ਨਾਲ ਅੱਗ ਨੂੰ ਬੁਝਾਇਆ ਤੇ ਉਸਨੂੰ ਹਸਪਤਾਲ ਲੈ ਕੇ ਆਏ। ਸੱਸ ਦਾ ਕਹਿਣਾ ਹੈ ਕਿ ਭਾਵੇਂ ਉਹਨਾਂ ਨੂੰ ਫਾਂਸੀ ਚੜਾ ਦਿਓ ਪਰ ਉਹਨਾਂ ਤੇ ਲੱਗੇ ਇਹ ਇਲਜ਼ਾਮ ਬਿਲਕੁਲ ਗਲਤ ਨੇ। ਮਾਮਲਾ ਬੋਹਰ ਤੋਂ ਸਾਹਮਣੇ ਆਇਆ, ਫਿਲਹਾਲ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਮਾਮਲਾ ਰੁਕਾ ਗਿਆ ਇੱਥੋਂ ਸਿਵਲ ਹਸਪਤਾਲ ਰੋਡ ਤੋਂ, ਇੱਕ ਲੇਡੀ ਨੂੰ ਅੱਗ ਲਾ ਸੀ ਰੇਲਵੇ ਕੁਆਟਰ 'ਚ, ਰੇਲਵੇ ਸਟੇਸ਼ਨ ਕਿਲਿਆਣੀ, ਉਹਦੇ ਬਿਆਨ ਲੈਣ ਲਈ ਆਇਆ ਸੀ, ਉਹਨੇ ਬਿਆਨ ਲਿਖਾ ਅਤੇ ਬਿਆਨ ਉਹਦੇ ਲੈ ਲਿਆ ਸੀ ਅਤੇ ਵੈਸੇ ਬਕੂਆ ਜਿਹੜਾ ਰੇਲਵੇ ਕੁਆਟਰਾਂ ਦਾ, ਰੇਲਵੇ ਕੁਆਟਰ ਜਿਹੜੇ ਜ਼ਿਲ੍ਹਾ ਪੁਲਿਸ 'ਚ ਆਉਂਦੀ ਆ ਅਤੇ ਅਸੀਂ ਇਹਦੀ ਅਗਲੀ ਕਾਰਵਾਈ ਕਰਨ ਲਈ ਥਾਣਾ ਖੁੱਲ੍ਹੀਆਂ ਕਰਵਾ ਭੇਜਾਂਗੇ। ਲੇਡੀ ਦਾ ਨਾਂ ਹੈ ਮਮਤਾ, ਵਾਈਫ ਆਫ ਮਨੀਸ਼, ਰੇਲਵੇ ਕੁਆਟਰ, ਰੇਲਵੇ ਕਲੋਨੀ, ਰੇਲਵੇ ਸਟੇਸ਼ਨ ਕਿਲਿਆਣੀ, ਇਹ ਕੁਆਟਰ 'ਚ ਰਹਿੰਦੀ ਸਰਕਾਰ 'ਚ। ਇਹਦਾ ਸਹੁਰਾ ਜਿਹੜਾ ਰੇਲਵੇ 'ਚ ਨੌਕਰੀ ਕਰਦਾ ਅਤੇ ਘਰ ਵਾਲਾ ਇਹਦਾ ਦੁਬਈ ਹੈ। ਇਹ ਘਰ ਸੱਸ ਪਹਿਲਾਂ ਕਦੀ ਮੈਨੂੰ ਸਹੁਰੇ ਨੇ ਕੁੱਟਿਆ, ਸਵੇਰੇ ਇਹਦੇ ਜਵਾਬ ਕਿਤੇ
ਸ਼ਰਾਰਤ ਕਰਦੇ ਸੀ ਉਹਨਾਂ ਨੇ, ਕਿਹੜੀ ਮੈਂ ਜੂਸ ਬਣਾਇਆ ਸੀ ਉਹ ਤੋੜਤਾ, ਫਿਰ ਉਹਨਾਂ ਨੇ ਮਤਲਬ ਤੋੜਤਾ ਅਤੇ ਇਹਨੇ ਕੋਈ ਜਵਾਬ ਮਾਰਤਾ ਅਤੇ ਇਹਨੇ ਮੇਰੇ ਸਹੁਰੇ ਉਹ ਕੁੱਟ ਕੇ ਅਤੇ ਆਪਣੀ ਡਿਊਟੀ ਲੱਗ ਗਿਆ। ਬਾਅਦ 'ਚ ਮੇਰੀ ਸੱਸ ਨੇ ਕਮਰੇ 'ਚ ਬੰਦ ਕਰਕੇ ਮਿਰਚ ਮਿੱਟੀ ਦਾ ਤੇਲ ਪਾ ਕੇ ਮੈਨੂੰ ਆਪ ਰਾਤ ਦਿੱਤੇ ਆਪ ਬਾਹਰ ਨਿਕਲ ਗਏ। ਅਤੇ ਕੋਈ ਕਾਫੀ ਲੜੀ ਹੋਈ ਹੈ, ਵੈਸੇ ਡਾਕਟਰ ਸਾਹਿਬ ਤਾਂ ਕਹਿੰਦੇ ਸੀ ਵੀ ਲੜਕੀ ਹੁਣ ਇਹਨੂੰ ਜਿਹੜਾ ਡਾਕਟਰ ਕੱਟਦਾ ਠੀਕ ਉਹਨੂੰ ਬਠਿੰਡੇ ਲੱਗ।